ਬਹੁਤ ਬੰਦੇ ਮੈਂ ਇਹੋ ਜਿਹੇ ਵੇਖੇ ਆ, ਉਹਨਾਂ ਨੇ ਬਾਹਲੇ ਗੰਦੇ ਗੰਦੇ ਗੀਤ ਗਾਏ, ਪੁੱਛਿਆ ਫਿਰ ਵੀ ਕਿਸੇ ਨੂੰ। ਕਈ ਬੰਦੇ ਬਾਬਾ ਚਮਕੀਲਾ ਸਾਹਿਬ ਦਾ ਨਾਂ ਲੈਂਦੇ ਵੀ ਉਹਨਾਂ ਨੇ ਲੱਚਰ ਗਾਇਆ ਤੇ ਵਿਖਣੀ, ਉਹ ਤਾਂ ਕਰਕੇ ਹੀ ਹਿੱਟ ਹੋ ਗਏ ਵੀ ਪਰਿਵਾਰ 'ਚ ਬਹਿ ਕੇ ਥੋੜ੍ਹੀ ਸੁਣ ਲਾਂਗੇ ਵੀ ਆਟੇ ਵਾਂਗੂ ਕਹਿੰਦੇ। ਹਾਂਜੀ ਹਾਂਜੀ ਹਾਂਜੀ, ਜਾਂ ਵੀ ਉਹ ਤੈਅ ਲਾ ਕੇ, ਹਾਂ ਜਾਂ ਕੁਛ ਹੋਰ ਵੀ ਇਹੋ ਜਿਹੇ ਬਹੁਤ ਸੀਗੇ ਗੀਤ। ਪਰ ਜੇ ਆਪਾਂ ਹੁਣ ਕਹੀਏ ਵੀ ਕਲਾਕਾਰ ਮਾੜਾ ਸੀ, ਕਲਾਕਾਰ ਤਾਂ ਛੋਟੀ ਦੇ ਹਰ ਇੱਕ ਪੱਖੋਂ ਤਿਆਰੀ ਸੀ। ਇੰਡਸਟਰੀ 'ਚ ਪੈਰ ਲਾਉਣੇ ਸੌਖੇ ਆ ਬਾਈ ਤੁਹਾਡੇ ਹਿਸਾਬ ਨਾਲ? ਮਾੜੇ ਮੋਟੇ ਵਿਊ ਜੇ ਵੱਧ ਆ ਜਾਂਦੇ, ਪਤਾ ਨਹੀਂ ਤਾਂ ਉਹ ਸੱਚੀ ਵੀ ਹੁੰਦੇ ਤੇ ਪਤਾ ਨਹੀਂ ਆਪ ਕਰ ਕੁਰ ਲੈਂਦੇ ਕਿਵੇਂ ਕਰਦੇ ਹਨ। ਉਹ ਤਾਂ ਫਿਰ ਕਾਲਰ ਜੇ ਝਾੜਦੇ ਰਹਿੰਦੇ ਐਵੇਂ ਵੀ ਐਨਕਾਈਆਂ ਲਾ ਕੇ ਵੀ ਜਿਵੇਂ ਕੋਈ ਨਿਗਾਹ ਬਣਾਈ ਹੁੰਦੀ ਕਿਸੇ ਨੇ। ਬਾਈ ਬਹੁਤ ਕਲਾਕਾਰ ਕਹਿ ਦਿੰਦੇ ਆ ਵੀ ਯਾਰ ਵੀ ਮੈਂ ਨਹੀਂ ਸੀ ਮਰਦਾ ਪਰ ਮੈਨੂੰ ਨੇੜੇ ਵਾਲਿਆਂ ਨੇ ਬਾਹਲਾ ਮਾਰ ਲਿਆ ਜਾਂ ਮੇਰੇ ਨਾਲ ਧੋਖਾ ਧੜੀ ਬਹੁਤ ਹੋਈ। ਹਾਂਜੀ, ਪੰਮੇ ਨਾਲ ਵੀ ਕਦੇ ਐਂ ਹੋਇਆ ਵੀ ਜਿਹੜੇ ਸਾਡੇ ਮਿੱਤਰ ਬਣ ਕੇ ਜਿਨ੍ਹਾਂ ਨੇ ਸਾਨੂੰ ਸੁਪਨੇ ਵਿਖਾ ਕੇ ਨਾ ਅਤੇ ਸਾਡੇ ਤੋਂ ਕੰਮ ਲਿਆ, ਵਰਤਿਆ, ਹਾਂ ਸਾਨੂੰ ਵਰਤਿਆ, ਜਿਵੇਂ ਕੋਈ ਪ੍ਰਮੋਟਰ ਸੀਗੇ ਬਾਹਰੋਂ, ਹੁਣ ਆਪਾਂ ਨਾਂ ਤਾਂ ਕਾਹਨੂੰ ਲੈਣਾ, ਜਦੋਂ ਸਮਾਂ ਹੀ ਟੱਪ ਗਿਆ ਫਿਰ ਆਪਾਂ ਨੂੰ ਕੀ ਮਿਲਣਾ, ਵੇਚ ਕੇ ਖਾਣ ਵਾਲੀਆਂ ਗੱਲਾਂ ਹੈਗੀਆਂ। ਹਾਂਜੀ, ਉਹਨਾਂ ਨੇ ਬਥੇਰਾ ਆਪਾਂ ਨੂੰ ਮਤਲਬ ਆਪਦੇ ਕੰਮ ਵਾਸਤੇ ਮਿਹਨਤਾਂ ਸਾਥੋਂ ਕਰਾਈ ਗਏ ਨਾ, ਕੰਮ ਆਪਦੇ ਕਰੀ ਗਏ, ਵਰਤੀ ਗਏ ਅਤੇ ਚਲੋ ਪਰਮਾਤਮਾ ਉਹਨਾਂ ਨੂੰ ਵੀ ਸਮਤ ਦੇਵੇ, ਆਪਾਂ ਤਾਂ ਕਹਿਣਾ ਗਾਂਹ ਤੋਂ ਕਿਸੇ ਨਾਲ ਹੋਰ ਨਾ ਕਰਨ। ਜੁੱਤੀ ਝਾੜ ਕੇ ਚੜੀ ਮੁਟਿਆਰੇ ਗੱਡੀ ਐ ਸ਼ੁਕੀਨ ਜੱਟ ਦੀ, ਜੁੱਤੀ ਝਾੜ ਕੇ। ਵੀ ਲੋਕ ਯਾਰ ਵੀ ਸਾਦਾ ਗੀਤ ਘੱਟ ਸੁਣਦੇ ਆ, ਚਾਹੁੰਦੇ ਚਾਹੁੰਦੇ ਬਾਹਲੇ ਸੁਣਦੇ ਆ। ਨਹੀਂ ਮੈਨੂੰ ਇੰਨਾ ਕੁ ਤਾਂ ਗੱਲ ਹੈਗੀ ਜੀ ਵੀ ਜਿਹਨੇ ਕਿਸੇ ਨੇ ਜਿਹੜਾ ਸੁਣਨਾ ਉਹਨੇ ਉਹੀ ਸੁਣਨਾ ਜੀ। ਹਾਂ ਠੀਕ ਹੈ, ਲੋਕ ਮਾੜਾ ਵੀ ਸੁਣ ਲੈਂਦੇ, ਚੰਗੇ ਵਾਲੇ ਵੀ ਹੈਗੇ ਆ, ਆਪਾਂ ਐਂ ਨਹੀਂ ਕਹਿ ਸਕਦੇ ਵੀ ਚੰਗਾ ਸੁਣਦੇ ਹੀ ਨਹੀਂ। ਹੁਣ ਜਿਹੜਾ ਹੁਣ ਦੇ ਤੌਰ 'ਤੇ ਆਪਣੇ ਬਾਈ ਕਮਰ ਗਰੇਵਾਲ ਗਾਉਂਦੇ ਆ, ਉਹਨਾਂ ਨੂੰ ਸੁਣਦੇ ਨਹੀਂ? ਬਿਲਕੁਲ ਸਹੀ, ਸੁਣਦੇ ਹੈ ਨਾ, ਕੁੜੀਆਂ ਨੂਰਾਂ ਸਿਸਟਰ ਹੈ ਜਾਂ ਆਪਣੇ ਬਾਈ ਸਰਤਾਜ ਜੀ ਹੈ, ਬਿਲਕੁਲ ਕਿਉਂ ਨਹੀਂ ਸੁਣਦੇ ਨਹੀਂ ਉਹਨਾਂ ਨੂੰ? ਮਾਨ ਸਾਹਿਬ ਨੂੰ ਨਹੀਂ ਕੋਈ ਸੁਣਦਾ, ਅਤੇ ਆਪਾਂ ਐਂ ਨਹੀਂ ਨਾ ਕਹਿ ਸਕਦੇ ਵੀ ਚੰਗੇ ਨੂੰ ਕੋਈ ਸੁਣਦਾ ਨਹੀਂ। ਬਿਲਕੁਲ ਸਹੀ ਆ, ਰੌਲਾ ਇਹ ਆ ਵੀ ਆਪਣੇ ਕੋਲ ਹੈ ਹੀ ਨਹੀਂ ਚੰਗਾ, ਜੇ ਆਪਾਂ ਸੁਣਾਵਾਂਗੇ ਤਾਂ ਸੁਣਨਗੇ, ਪਰ ਜੇ ਲੋਕ ਫਿਰ ਵੀ ਡਿਮਾਂਡ ਕਰਦੇ ਆ ਫਿਰ ਤਾਂ ਲੋਕਾਂ ਦਾ ਕਸੂਰ ਹੈ। ਤੇ ਜੇ ਆਪਾਂ ਗਾਵਾਂਗੇ ਨਾ ਚੰਗਾ, ਆਪਾਂ ਐਵੇਂ ਕਹੀ ਜਾਗੇ ਵੀ ਯਾਰ ਕੋਈ ਚੰਗਾ ਸੁਣਦਾ ਹੀ ਨਹੀਂ, ਸੁਣਦਾ ਨਹੀਂ, ਮੈਨੂੰ ਨਹੀਂ ਲੱਗਦਾ ਉਹਦਾ ਪੱਲਾ ਝਾੜਨ ਵਾਲੀ ਗੱਲ। ਹਾਂ ਵੀ ਜੇ ਤੁਹਾਡੇ ਕੋਲੇ ਆ ਕੁਛ ਤੁਸੀਂ ਵਿਖਾਓ, ਜੇ ਉਹ ਨਹੀਂ ਸੁਣਨਗੇ ਫਿਰ ਆਪਾਂ ਕਹਿ ਸਕਦੇ। ਭਾਈ ਐਂ ਕਦੇ ਦਿਮਾਗ 'ਤੇ ਗੱਲ ਆਈ ਆ ਵੀ ਯਾਰ ਜਿਹੜੇ ਨਾਲ ਸਮਕਾਲੀ ਕਲਾਕਾਰ ਸੀਗੇ ਉਹ ਅੱਜ ਕਿਹੜੀ ਪੁਜੀਸ਼ਨ 'ਤੇ ਆ ਅਤੇ ਮੈਂ ਅੱਜ ਕਿਹੜੀ ਪੁਜੀਸ਼ਨ 'ਤੇ ਹਾਂ, ਕਦੇ ਮਨ 'ਚ ਕਦੇ ਕੁਛ ਸ਼ਿਕਵਾ ਆਇਆ ਹੋਵੇ ਦਿਮਾਗ 'ਚ? ਉਹ ਤਾਂ ਮੈਨੂੰ ਆਪਦੇ 'ਤੇ ਹੀ ਆਉਂਦਾ ਹੁੰਦਾ। ਆਪਦੇ 'ਤੇ ਅਫਸੋਸ ਹੈ ਇਸ ਗੱਲ ਦਾ? ਮੈਂ ਕਿਉਂਕਿ ਆਪਾਂ ਕਿਸੇ ਬਾਰੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਮੈਂ ਕਿਸੇ ਨੂੰ ਮੈਨੂੰ ਹੱਕ ਨਹੀਂ ਕਹਿਣ ਦਾ, ਜਿਹੜਾ ਮੈਂ ਆਪਦੇ ਬਾਰੇ ਤਾਂ ਮੈਂ ਕਹਿ ਸਕਦਾ ਵੀ ਜਿਹੜਾ ਸਾਡਾ ਗੋਲਡਨ ਸੁਨਹਿਰੀ ਟਾਈਮ ਸੀਗਾ ਵੀ ਜਿਹਦੇ ਵਿੱਚ ਅਸੀਂ ਲੰਮੀਆਂ ਪਲਾਂਘਾਂ ਪੱਟ ਸਕਦੇ ਕੋਈ ਕਰ ਸਕਦੇ, ਉਸ ਟਾਈਮ 'ਤੇ ਮੈਂ ਉਨੀ ਮਿਹਨਤ ਨਹੀਂ ਕੀਤੀ, ਮੈਂ ਧਿਆਨ ਹੀ ਨਹੀਂ ਦਿੱਤਾ ਉਹਨਾਂ ਵੀ ਜਿੰਨਾ ਦੇਣਾ ਚਾਹੀਦਾ ਸੀ। ਬਿਲਕੁਲ ਹੈ ਨਾ, ਆਹ ਤਾਂ ਜਿਹੜਾ ਕੁਛ ਸਾਨੂੰ ਹੁਣ ਤੁਹਾਡੇ ਕੋਲ ਬੈਠਿਆ ਨਾ ਇਹ ਤਾਂ ਤੁਹਾਡਾ ਮੋਹ ਪਿਆਰ ਹੈ ਜਾਂ ਪਰਮਾਤਮਾ ਦੀ ਕਿਰਪਾ, ਜਿਵੇਂ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਕਹੀਏ ਵੀ ਸਾਹਿਬ ਹੱਥ ਵੜੇਈਆਂ ਜਸ ਭਾਵਤ ਇਹਦੇ, ਇਹ ਤਾਂ ਉਹਦੀ ਬਖਸ਼ੀ ਉਨੀ ਕੁ ਚੀਜ਼ ਹੈ। ਪਰ ਜੇ ਮੈਂ ਕਹਾਂ ਵੀ ਮੈਂ ਮਿਹਨਤ ਕੀਤੀ ਹੈ ਉਹਦਾ ਜ਼ੀਰੋ ਹੈ। ਕਹਿਣ ਦਾ ਮਤਲਬ ਇਹ ਹੈ ਵੀ ਜੇ ਹੁਣ ਮੈਂ ਕਿਸੇ ਦੇ ਵਾਸਤੇ ਆਪ ਨੂੰ ਕੰਪੇਅਰ ਕਰਾਂ ਵੀ ਯਾਰ ਫਲਾਨਾ ਤਾਂ ਉੱਥੇ ਉੱਠ ਗਿਆ ਵੀ ਸਟਾਰ ਬਣ ਗਿਆ, ਮੈਂ ਪਿੱਛੇ ਰਹਿ ਗਿਆ, ਮੈਨੂੰ ਲੱਗਦਾ ਵੀ ਮੈਂ ਆਪਦੀਆਂ ਘਾਟਾਂ ਕਰਕੇ ਰਹਿ ਗਿਆ, ਮੈਂ ਮਿਹਨਤ ਨਹੀਂ ਉਨੀ ਕੀਤੀ ਜਿੰਨੀ ਉਹਨਾਂ ਨੇ ਕੀਤੀ ਹੋਣੀ ਹੈ। ਬਿਲਕੁਲ ਹੈ ਨਾ, ਬਾਕੀ ਫਿਰ ਸਾਹਿਬ ਹੱਥ ਵੜੇਈਆਂ ਆਪਾਂ ਕਹਿ ਕੇ ਹਟੇ ਤਾਂ ਕਰਕੇ
ਵੀ ਜੇ ਕੋਈ ਹੋਇਆ ਗਿਲਾ ਤਾਂ ਇਸੇ ਕਰਕੇ ਹੀ ਹੋਇਆ ਵੀ ਯਾਰ ਹੁਣ ਮੈਨੂੰ ਸਮਝ ਲੱਗਦੀ ਵੀ ਮੈਨੂੰ ਇੰਨੀ ਮਿਹਨਤ ਕਰਨੀ ਚਾਹੀਦੀ ਸੀ, ਦੁਨੀਆਂ ਦੇ ਨਾਲ ਚੱਲਣਾ ਚਾਹੀਦਾ ਸੀ, ਜੇਬ ਜੇ ਮਤਲਬ ਲੋਕਾਂ ਨੂੰ ਆਪਾਂ ਕੋਈ ਮੈਟਰੋ ਜਾਂ ਦਿੰਦੇ, ਮਿਹਨਤ ਕਰਕੇ ਕੋਈ ਵਧੀਆ ਚੀਜ਼ਾਂ ਸੁਣਾਉਂਦੇ ਅਤੇ ਆਪਾਂ ਵੀ ਕਿਉਂ ਪਿੱਛੇ ਰਹਿਣਾ ਸੀ। ਲੋਕ ਕਲਾਕਾਰ ਨੂੰ ਪਿੱਛੇ ਕਰ ਦਿੰਦੇ ਜੇ ਉਹਨਾਂ ਦੇ ਹਾਣ ਦੀ ਚੀਜ਼ਾਂ ਨਹੀਂ ਪੇਸ਼ ਕਰਦੇ ਆਪਾਂ, ਫਿਰ ਤਾਂ ਕਰ ਦਿੰਦੇ। ਕਿਉਂਕਿ ਹੁਣ ਮੰਨ ਲਓ ਆਪਾਂ ਕਿਸੇ ਮੇਲੇ 'ਤੇ ਹੈ ਨਾ, ਉਹਨਾਂ ਨੇ ਕੋਈ ਕਿਸੇ ਦੇ ਜਿਹੜੀ ਉਹਨਾਂ ਦੇ ਪਸੰਦ ਦੇ ਗੀਤ ਹੈ ਉਹ ਹਿੱਟ ਹੋਏ ਵੇ ਸੁਣੇ ਵੇ ਉਹਨਾਂ ਨੇ, ਤਾਂ ਉਹਨਾਂ ਦੀ ਚੋਇਸ ਤਾਂ ਉਹੀ ਆ ਵੀ ਉਹ ਗਾਵੇ ਹੈ ਨਾ। ਚਲੋ ਆਪਾਂ ਗਾਵਾਂਗੇ, ਕਈ ਵਾਰੀ ਲੋਕ ਵੀ ਮਜਬੂਰੀ ਜਿਹੀ ਕਰਕੇ ਵੀ ਚੱਲ ਠੀਕ ਹੈ ਵੀ ਛੇਤੀ ਛੇਤੀ ਲਾਓ ਇਹਨੂੰ ਯਾਰ, ਦੁਆ ਦੋ ਗੀਤ ਗਵਾਓ ਇਹਨੂੰ ਅਤੇ ਫਿਰ ਉਹ ਬਾਈ ਨੂੰ ਉਹਨੂੰ ਲਾਓ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਫਿਰ ਜਿਹੜੇ ਆਪਾਂ ਐਂ ਤਾਂ ਨਹੀਂ ਕਹਿ ਸਕਦੇ ਵੀ ਜੇ ਕੋਈ ਆਪਾਂ ਨੂੰ ਕਹੇ ਵੀ ਤੂੰ ਆਹ ਗੀਤ ਗਾ ਲੱਚਰ ਗੀਤ ਜਾਂ ਕੋਈ ਮਾੜਾ ਗੀਤ ਵੀ ਆਪਾਂ ਫੇਰ ਹੀ ਸਟਾਰ ਬਣਾਂਗੇ, ਇਹ ਗਲਤ ਫਹਿਮੀ ਹੈ। ਬਹੁਤ ਬੰਦੇ ਮੈਂ ਇਹੋ ਜਿਹੇ ਵੇਖੇ ਆ ਵੀ ਉਹਨੇ ਬਾਹਲੇ ਗੰਦੇ ਗੰਦੇ ਗੀਤ ਗਾਏ, ਪੁੱਛਿਆ ਫਿਰ ਵੀ ਕਿਸੇ ਨੇ ਨਹੀਂ, ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਵੜ ਗਈ ਸੀ। ਜਿਵੇਂ ਅੱਜ ਕੱਲ੍ਹ ਕਈ ਬੰਦੇ ਬਾਬਾ ਚਮਕੀਲਾ ਸਾਹਿਬ ਦਾ ਨਾਂ ਲੈਂਦੇ ਹੈ ਨਾ, ਵੀ ਉਹਨਾਂ ਨੇ ਲੱਚਰ ਗਾਇਆ ਹੈ ਨਾ ਅਤੇ ਵਿਖਣੀ ਉਹ ਤਾਂ ਕਰਕੇ ਹੀ ਹਿੱਟ ਹੋ ਗਿਆ। ਮੈਂ ਨਹੀਂ ਆਇਆ ਮੰਨਦਾ ਚੀਜ਼ ਵੀ ਉਹ ਤਾਂ ਕਰਕੇ ਹਿੱਟ ਹੋ ਗਏ, ਉਹ ਇੱਕ ਕਲਾਕਾਰ ਚੋਟੀ ਦੇ ਸੀ, ਬਹੁਤ ਉਹਨਾਂ ਦੀ ਤਿਆਰੀ ਸੀ, ਬਹੁਤ ਵਧੀਆ ਗੱਲ ਸੀ ਹੈ ਨਾ, ਕੰਪੋਜੀਸ਼ਨ ਕਿਆ ਵਧੀਆ ਬਣਾਉਂਦੇ ਸੀ, ਸਾਰੀਆਂ ਚੀਜ਼ਾਂ ਵਧੀਆ ਸੀ। ਹਾਂ ਇੱਕ ਚੀਜ਼ ਜਿਹੜੀ ਮੈਨੂੰ ਵੀ ਲੱਗਦੀ ਹੈ ਜੀ ਵੀ ਕੁਛ ਉਹਨਾਂ ਦੇ ਸ਼ਬਦ ਕੁਛ ਉਹ ਜਿਹੇ ਸੀਗੇ, ਕੁਛ ਵੀ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੇ ਵਧੀਆ ਵੀ ਬਹੁਤ ਗਾਏ ਹੈ ਨਾ, ਅਤੇ ਜਿਹੜੇ ਸੀਗੇ ਉਹ ਜਿਵੇਂ ਹੁਣ ਆਪਾਂ ਇੱਥੇ ਕਹਿ ਨਹੀਂ ਸਕਦੇ ਅਤੇ ਉਹ ਆਪਾਂ ਮਤਲਬ ਨਹੀਂ ਪਰਿਵਾਰ 'ਚ ਬਹਿ ਕੇ ਸੁਣ ਸਕਦੇ ਬਿਲਕੁਲ ਹੈ ਨਾ। ਪਰ ਜੇ ਆਪਾਂ ਕਹਿ ਦਈਏ ਉਹ ਕਲਾਕਾਰ ਚੋਟੀ ਦੇ ਨਹੀਂ, ਕਲਾਕਾਰ ਚੋਟੀ ਦੇ ਸੀ ਉਹ ਅੱਡ ਗੱਲ ਹੈ, ਪਰ ਜਿਹੜੀ ਸ਼ਬਦਾਵਲੀ ਜਾਂ ਗੀਤ ਆ ਕੁਛ ਗੀਤ ਉਹਨਾਂ ਦੇ ਉਹੋ ਜਿਹੇ ਸੀਗੇ ਵੀ ਜਿਹੜੇ ਆਪਾਂ ਘੱਟ ਸੁਣ ਸਕਦੇ ਨਹੀਂ ਸੁਣ ਸਕਦੇ ਵੀ ਪਰਿਵਾਰ 'ਚ ਬਹਿ ਕੇ ਇਹ ਥੋੜ੍ਹੀ ਸੁਣ ਲਾਂਗੇ ਵੀ ਆਟੇ ਵਾਂਗੂ ਕਹਿੰਦੇ ਦੀਆਂ ਨੇ ਪੱਤਲੇ, ਜਾਂ ਵੀ ਉਹ ਤਹਿ ਲਾ ਕੇ ਹਾਂ ਜਾਂ ਕੁਛ ਹੋਰ ਵੀ ਇਹੋ ਜਿਹੇ ਬਹੁਤ ਸੀਗੇ ਗੀਤ, ਪਰ ਜਿਹੜੇ ਉਹਨਾਂ ਦੇ ਸੁਣ ਆਪਾਂ ਕਹਿ ਸਕਦੇ ਹਾਂ ਸਰੋਤੇ ਨੇ ਜਿਹੜੇ 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 ਉਹਨਾਂ ਦੇ ਵਧੀਆ ਤਲਵਾਰ ਮੈਂ ਕਲਗੀ ਧਰਦੀ ਹੈ ਨਾ, ਬਿਲਕੁਲ ਸਹੀ ਸਰਹੰਦ ਦੀ ਦੁਆਰੇ ਪਾਣੀ ਦਿਆ ਬੁਲਬੁਲਿਆ ਸਾਥੋਂ ਬਾਬਾ ਖੋਲਿਆ ਤੇਰਾ, ਤੇ ਬਹੁਤ ਉਹਨਾਂ ਨੇ ਚੋਟੀ ਦੀਆਂ ਵਧੀਆ ਚੀਜ਼ਾਂ ਵੀ ਕੀਤੀਆਂ, ਪਰ ਜਿਹੜੀਆਂ ਉਹਨਾਂ ਨੇ ਦੂਜੀਆਂ ਕੀਤੀਆਂ ਉਹ ਵੀ ਕਹਿਣੀਆਂ ਬਣਦੀਆਂ ਨਾ। ਪਰ ਜੇ ਆਪਾਂ ਉਹਨੂੰ ਕਹੀਏ ਵੀ ਕਲਾਕਾਰ ਮਾੜਾ ਸੀ, ਕਲਾਕਾਰ ਤਾਂ ਚੋਟੀ ਦੇ ਸੀ, ਹਰ ਇੱਕ ਪੱਖੋਂ ਤਿਆਰੀ ਸੀ ਉਹਨਾਂ ਦੀ।